ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਭਜੋਤ ਸਿੰਘ ਆਰਐਸ ਗਲੋਬਲ ਇਮੀਗ੍ਰੇਸ਼ਨ ਨਵਾਂ ਸ਼ਹਿਰ ਤੋਂ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਆਰਐਸ ਗਲੋਬਲ ਪਿਛਲੇ 14 ਸਾਲ ਤੋਂ ਹਜ਼ਾਰਾਂ ਵਿਦਿਆਰਥੀਆਂ ਦਾ ਬਾਹਰਲੇ ਮੁਲਕਾਂ 'ਚ ਪੜ੍ਹਨ ਦਾ ਸੁਪਨਾ ਪੂਰਾ ਕਰ ਚੁੱਕੀ ਹੈ। ਅੱਜ ਇਸੇ ਲੜੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ 2 ਪਾਸਪੋਰਟ ਰਿਸੀਵ ਹੋਏ ਨੇ UK ਸਟੱਡੀ ਵੀਜ਼ਾ ਦੇ, ਇੱਕ ਬਿਕਰਮਜੀਤ ਸਿੰਘ ਜੀ ਦਾ, ਇੱਕ ਪਰਮਵੀਰ ਜੀ ਦਾ। ਸੋ ਮੈਂ ਕੰਗਰੈਚੁਲੇਸ਼ਨ ਕਰਨੀ ਚਾਹੁੰਦਾ ਪਰਮਵੀਰ ਸਿੰਘ ਜੀ ਨੂੰ। ਤੇ ਆਓ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਇਹਨਾਂ ਨਾਲ ਸਾਡੇ ਨਾਲ ਸਫ਼ਰ ਕਿੱਦਾਂ ਦਾ ਰਿਹਾ, ਅਤੇ ਇਹਨਾਂ ਨੂੰ ਆਰਐਸ ਗਲੋਬਲ ਦੀਆਂ ਸਰਵਿਸਿਜ਼ ਕਿੱਦਾਂ ਦੀਆਂ ਲੱਗੀਆਂ, ਅਤੇ ਨਾਲ ਦੀ ਨਾਲ ਥੋੜ੍ਹਾ ਜਿਹਾ ਇਹਨਾਂ ਦੀ ਵੀਕ ਪ੍ਰੋਫਾਈਲ ਬਾਰੇ ਜ਼ਰੂਰ ਜਾਣੇ, ਕਿਉਂਕਿ ਇਹਨਾਂ ਦੀ ਪ੍ਰੋਫਾਈਲ ਬਹੁਤ ਵੀਕ ਸੀਗੀ। ਸੋ ਕੰਗਰੈਚੁਲੇਸ਼ਨ ਪਰਮਵੀਰ ਜੀ। ਥੈਂਕਸ ਪਰਮਵੀਰ ਸਿੰਘ ਜੀ, ਸਾਨੂੰ ਸਭ ਤੋਂ ਪਹਿਲਾਂ ਸਾਡੇ ਜਿਹੜੇ ਵੇਖਣ ਵਾਲੇ ਸਰੋਤੇ ਨੇ, ਉਹਨਾਂ ਨੂੰ ਦੱਸੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਸਰ, ਮੈਂ ਅਨੰਦਪੁਰ ਸਾਹਿਬ ਤੋਂ। ਸਰ, ਅਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੇ ਹੋ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ? ਸਰ, +2। +2 ਕਿਹੜੇ ਈਅਰ ਦੇ ਵਿੱਚ ਕੰਪਲੀਟ ਕੀਤੀ ਹੈ ਜੀ? ਸਰ, 2018 'ਚ। 2018 ਦੇ ਵਿੱਚ ਤੁਹਾਡੇ ਕਿੰਨੇ ਪਰਸੈਂਟ ਮਾਰਕਸ ਸੀ +2 ਦੇ ਵਿੱਚੋਂ? ਸਰ, 55। 55। ਸੋ ਦੋਸਤੋ, 55% ਜਿਹੜੇ ਇਹਨਾਂ ਦੇ ਓਵਰਆਲ ਮਾਰਕਸ ਸੀਗੇ, ਔਰ ਇੰਗਲਿਸ਼ ਦੇ ਵਿੱਚੋਂ ਵੀ ਆਈ ਥਿੰਕ ਕੰਪਲੀਟ 60% ਸੀ, ਜਸਟ 60%। ਸੋ ਇਹ ਬਹੁਤ ਇੱਕ ਤਰ੍ਹਾਂ ਦਾ ਵੀਕ ਕੇਸ ਸੀ। ਜਦ ਮੈਨੂੰ ਅੱਜ ਵੀ ਯਾਦ ਆ, ਪਰਮਵੀਰ ਸਿੰਘ ਜੀ ਮੇਰੇ ਕੋਲ ਕਾਉਂਸਲਿੰਗ ਲੈਣ ਆਏ ਸੀ, ਜਿਹਨਾਂ ਨੂੰ ਮੈਂ ਉਸੇ ਵੇਲੇ ਸਪਸ਼ਟ ਅਤੇ ਕਲੀਅਰ ਕਰ ਦਿੱਤਾ ਸੀ ਤੁਹਾਡੀ ਐਡਮਿਸ਼ਨ ਔਰ ਕਾਸਟ ਦੇ ਵਿੱਚ ਥੋੜ੍ਹੀ ਬਹੁਤੀ ਸਾਨੂੰ ਸਟਰਗਲ ਕਰਨੀ ਪੈ ਸਕਦੀ ਹੈ। ਸੋ ਅਸੀਂ ਵੀ ਇੱਕ ਚੈਲੇਂਜ ਦੇ ਤੌਰ 'ਤੇ ਲਿਆ ਸੀ ਪਰਮਵੀਰ ਸਿੰਘ ਜੀ ਦਾ ਕੇਸ, ਅੱਜ ਮਾਲਕ ਦੀ ਕਿਰਪਾ ਨਾਲ ਉਹ ਕੇਸ ਅਸੀਂ ਨੇਪੜੇ ਚਾੜ ਚੁੱਕੇ ਹਾਂ। ਸੋ ਆਲ ਦੀ ਬੈਸਟ ਪਰਮਵੀਰ ਸਿੰਘ ਜੀ ਨੂੰ ਨੈਕਸਟ ਇਹਨਾਂ ਦਾ ਜੋ ਫਿਊਚਰ ਸ਼ੁਰੂ ਕਰਨ ਜਾ ਰਹੇ ਆ। ਸੋ ਦੋਸਤੋ, ਤੁਸੀਂ ਵੀ ਆਪਣਾ ਜੇ May 2020 ਇਨਟੇਕ ਲਈ UK ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਦੈਨ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਦਫ਼ਤਰਾਂ 'ਚ ਸੰਪਰਕ ਕੀਤਾ ਜਾ ਸਕਦਾ ਹੈ। ਲੋੜ ਹੈ ਹੇਠਾਂ ਦਿੱਤੇ ਨੰਬਰਾਂ 'ਤੇ ਕਾਲ ਕਰਨ ਦੀ, 70500 ਨੂੰ। ਥੈਂਕ ਯੂ।